ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਪੁਆਇੰਟ ਨੂਮਾ ਦੀ ਇਸ ਜਗ੍ਹਾ ਨੂੰ ਪੁਆਇੰਟ ਨੂਮਾ ਕਿਹਾ ਜਾਂਦਾ ਹੈ ਇਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿਚਕਾਰ ਇੱਕ ਬਿਲਕੁਲ ਛੋਟਾ ਜਿਹਾ ਟਾਪੂ ਹੈ ਜਿਸ ਨੂੰ ਪੁਆਇੰਟ ਨੂਮਾ ਕਿਹਾ ਜਾਂਦਾ ਹੈ ਔਰ ਇਸ ਜਗ੍ਹਾ ਤੇ ਜ਼ਿਆਦਾਤਰ ਖਰਾਬ ਹੋਏ ਸੈਟੇਲਾਈਟ ਦਾ ਮਲਬਾ ਇੱਥੇ ਸੁੱਟਿਆ ਜਾਂਦਾ ਹੈ ਤੇ ਮਤਲਬ ਕਿ ਜਿਹੜੀ ਚੀਜ਼ ਬੇਕਾਰ ਹੋ ਜਾਂਦੀ ਹੈ ਵਿਗਿਆਨਿਕ ਜਿਹੜੇ ਆਪਣੇ ਹੁੰਦੇ ਆ ਉਹ ਇੱਥੇ ਹੀ ਸੁੱਟ ਦਿੰਦੇ ਆ ਤੇ ਇਹ ਇੰਨੀ ਇਕਾਂਤ ਜਗ੍ਹਾ ਨਾ ਇਹ ਇੰਨੀ ਸੁੰਨਸਾਂ ਜਗ੍ਹਾ ਤੇ ਇੱਥੇ ਵਿਗਿਆਨਿਕ ਦੁਆਰਾ ਤੋਂ ਬਿਨਾ ਕੋਈ ਹੋਰ ਵੀ ਨਹੀਂ ਜਾਂਦਾ ਕੱਲੇ ਵਿਗਿਆਨਿਕ ਹੀ ਜਾਂਦੇ ਆ ਇਹ ਇੱਕ ਨਿੱਕਾ ਜਿਹਾ ਟਾਪੂ ਹੈ ਇੱਥੇ ਕੋਈ ਵੀ ਜੀਵ ਜੰਤੂ ਨਹੀਂ ਰਹਿੰਦਾ ਜੀਵ ਮਤਲਬ ਜਿਹੜੇ ਜੀਵ ਜੰਤੂ ਜਿਵੇਂ ਆਪਾਂ ਆਪਾਂ ਵੀ ਕੋਈ ਵੀ ਨਹੀਂ ਜਾਂਦਾ ਬਿਨਾ ਵਿਗਿਆਨੀਆਂ ਤੋਂ ਇੱਥੇ ਬਹੁਤ ਅਜੀਬ ਤਰ੍ਹਾਂ ਦੀਆਂ ਜਿਹੜੀਆਂ ਆਵਾਜ਼ਾਂ ਜਿਹੜੀਆਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਆਲੇ-ਦੁਆਲੇ ਤੁਸੀਂ ਨੇੜੇ-ਤੇੜੇ ਤੇ ਜਾਣਾ ਚਾਹੋਗੇ ਨਾ ਤੁਹਾਨੂੰ 2700 ਕਿਲੋਮੀਟਰ ਸਭ ਤੋਂ ਨੇੜੇ ਦੀ ਜਗ੍ਹਾ ਹੋਊਗੀ ਇੱਥੋਂ ਇੱਥੋਂ 2700 ਤੋਂ ਹੀ ਤੇ ਇਸ ਤੋਂ ਘੱਟ 400 ਕਿਲੋਮੀਟਰ ਦੇ ਤੁਹਾਨੂੰ ਸਪੇਸ ਸਟੇਸ਼ਨ ਦੇ ਕੋਈ ਵਿਅਕਤੀ ਉਹ ਜ਼ਿਆਦਾਤਰ ਨੇੜੇ ਹੋਣਗੇ ਜਾਂ ਤੁਸੀਂ ਕਿਸੇ ਧਰਤੀ ਦੇ ਕਿਸੇ ਜਗ੍ਹਾ ਤੇ ਜਾਣਾ ਚਾਹੋਗੇ ਤਾਂ 2700 ਕਿਲੋਮੀਟਰ ਹੋਊਗੀ ਇਹ ਇੰਨੀ ਕਾਂਤ ਤੇ ਸੁਨਸਾਨ ਵਾਲੀ ਜਗ੍ਹਾ ਹੈ ਇੱਥੇ ਨਾ ਇੱਥੇ ਮਤਲਬ ਵਿਗਿਆਨੀਆਂ ਤੇ ਬਿਨਾ ਕੋਈ ਜਾਂਦਾ ਹੀ ਨਹੀਂ ਕਹਿੰਦਾ ਭਾਵੇਂ ਮਲਬ ਵੀ ਛੁੱਟਿਆ ਜਾਂਦਾ ਇੱਥੇ ਇਕੱਲਾ